नमस्कार दोस्तों, आप सभी का अपने चैनल पर स्वागत करता हूं। तो दोस्तों, इस वीडियो के अंदर आपको दिखाएंगे सात जी की और भाई सिल्लू बहू की टक्कर, और सिल्लू बहू की और बुलेट खीरा वाले की टक्कर। तो दोस्तों, दोनों ही रेडरों ने आज तकड़ी रेड लगाई सिल्लू बहू पर। सात जी शकरपुर नॉन स्टॉप रहा, बिल्कुल तकड़ी रेड लगाई भाई सिल्लू बहू को। इस सीजन में पहली बार हार का सामना करना पड़ा भाई, शकरपुर टीम ने हरा दिया। अगर आप पहली बार अपने चैनल पर आए तो चैनल को जरूर सब्सक्राइब कर लें। ਦਰਮਿਆਨ ਖੜਕਾ ਦੜਕਾ ਫਿਰ ਦੱਸਦੀ ਲਾਓ ਖੇਡ ਦੇ ਮੈਦਾਨ ਦੇ ਵਿੱਚ ਸ਼ਹਿਜਾਦ ਅਲੀ ਕਬੱਡੀ ਦਾ ਉੱਡਣਾ ਘੋੜਾ ਫੁੱਲ ਗਿਆ ਮੇਰੇ ਵੀਰੋ, ਸ਼ੀਲੂ ਤਿਆਰ ਹੈ, ਕੋਰਲੀ ਦਾ ਜੀਤ ਹੈ। ਆਹ ਵਿਚਕਾਰ ਟੱਚ ਕੀਤਾ ਗੱਲ ਪੁੱਜੀ ਹੋਈ ਹੈ। ਗਿੰਦਾ ਕਹਿੰਦਾ ਸਾਡਾ ਵੀਰ ਲੱਭਣ, ਤੇਜੀ ਸਰਪੰਚ ਕਹਿੰਦਾ ਸ਼ਾਜੀ ਦੀਆਂ ਤਿੰਨ ਰੇਡਾਂ, ਆਹ 5000 ਦੀਆਂ, ਆਹ 5000 ਦੀ ਪਹਿਲੀ ਪੈ ਗਈ ਮੇਰੇ ਵੀਰੋ। ਉਧਰ ਬੁਰੀਏ ਸ਼ੀਸ਼ਰ ਤੇ ਸ਼ਿੰਦਰਪਾਲ ਵੱਲੋਂ 5000 ਲੱਗਿਆ ਹੋਇਆ, ਇੱਕ ਰੇਡ ਬਾਕੀ ਹੈ। ਪਰ ਪੁੱਜੇ ਹੋਏ ਨੇ ਵੇਖਦੇ ਵੀ ਇਸ ਸਮੇਂ ਫਿਰ ਨੌਜਵਾਨ ਕਬੱਡੀ ਪਾਉਣ ਦੇ ਲਈ ਵੱਧ ਚੁੱਕੇ 1100 ਦੀ ਲੱਗਦਾ ਦੂਜੀ 21 ਸਾਹਮਣੇ ਵੇਖੇ ਲਿਆ ਵੀ 5000 ਗਿੰਦਾ ਲੰਬੜ ਪੜਾਉਂਦੀਆਂ, ਤੇਜੀ ਵੱਲੋਂ 5000 ਦੀ ਦੂਜੀ ਕਬੱਡੀ, 5000 ਦੀ ਆਓ ਸ਼ਾਦੀ ਸ਼ਾਦੀ ਹੋ ਗਈ ਮੇਰੇ ਮਿੱਤਰੋ। ਸੁੱਖਾ ਤੋਗਾ ਤੇ ਨਾਲ ਕਹਿੰਦੇ ਵੱਡੇ ਮਾਣ ਲੱਗੇ ਹੋਏ ਲਓ 3,42,000 ਦੇ ਬੁਲਟ ਦੁਆਬੇ ਵਾਲੇ ਅੱਜ ਬਾਅਦ ਵਿੱਚ ਲਾਲਾ ਲਾਲਾ ਕਰਵਾਉਣ ਨੂੰ ਫਿਰਦੇ ਨੇ। ਆਓ ਸ਼ਿੱਲੂ ਤੋਂ ਬੁਲਟ 5000 ਦੀ ਤੀਜੀ ਕਬੱਡੀ ਹੈ, ਲਓ ਤੀਜੀ ਕਬੱਡੀ 5000 ਦੀ। ਹੁਣ ਵੇਖਦੇ ਵੀ ਸ਼ਿੱਲੂ ਜਾਂ ਫਿਰ ਜੀਤ, ਲਓ ਜੀਤ ਆਹ ਵੇਖੋ ਵੀ ਇਸ ਨੇ ਸ਼ਿੱਲੂ 5000 ਦੀਆਂ ਸਫਲ ਪਾ ਗਿਆ। ਗੁਰਿੰਦਰ ਗਿੰਦੀ ਕਹਿੰਦਾ ਸ਼ਕਰਪੁਰ ਦੀ ਟੀਮ ਦਾ ਜਿਹੜਾ ਵੀ ਆਫੀ ਸਫਲ ਆਵੇਗਾ 5000 ਰੁਪਇਆ ਹੋਵੇਗਾ। ਔਰ ਸਾਡਾ ਗਿੱਦਾ ਲੰਬੜ ਤੇਜੀ ਤੇ ਸਤਵਿੰਦਰ ਲੰਬੜ ਹੋਣਾ ਵੱਲੋਂ ਜੇ ਹੁਣ ਸਿੱਲੂ ਜੱਫਾ ਲਾਵੇਗਾ 3,11,000 ਰੁਪਇਆ ਵਿਸ਼ੇਸ਼ ਤੌਰ ਤੇ ਦਿੱਤਾ ਜਾਵੇਗਾ। ਲਓ ਵੇਖਦੇ ਵੀ ਇਸ ਸਮੇਂ ਲਓ ਕਹਿੰਦੇ ਵੀ ਨੌਜਵਾਨ ਬੁਲਟ ਸ਼ਿੱਲੂ ਟੱਕਰ ਅੱਤ ਸਿਰਾ, ਟੱਕਰ ਅੱਤ ਸਿਰਾ, ਅੱਤ ਸਿਰਾ ਸ਼ਿੱਲੂ ਸ਼ਾਜੀ ਸ਼ਕਰਪੁਰੀਆ ਸ਼ਹਿਜਾਦ ਅਲੀ ਖੇਡ ਕਬੱਡੀ ਦਾ। ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰਾ ਨੇ ਕਹਿੰਦੇ ਉੱਡਣੇ ਸੱਪ ਦਾ ਖਿਤਾਬ ਦੇ ਦਿੱਤਾ। ਆਹ ਉੱਡਣਾ ਸੱਪ ਖੇਡ ਮੈਦਾਨ ਦੇ ਵਿੱਚ ਮਾਰਦਾ ਛਾਲਾ, ਮੁੰਡਾ ਭੰਗੜੇ ਪਾਉਂਦਾ ਹੈ, ਆਹ ਮਾਰਦਾ ਛਾਲਾ ਸ਼ਹਿਜਾਦ ਅਲੀ ਆਓ ਨੌਜਵਾਨ ਸ਼ਹਿਜਾਦ ਅਲੀ ਰੇਡ ਪਾਉਂਦੀ ਫੇਰ ਤਿਆਰ ਹੈ। ਨਵੀ ਸ਼ਿੱਲੂ ਕਰ ਦੋ ਹੱਥ, ਆਹ ਬਾਜੀ ਤੁਰ ਫੜ ਕੇ ਸ਼ਿੱਲੂ ਸ਼ਾਜੀ ਟੱਕਰ ਸ਼ਿੱਲੂ ਸ਼ਾਜੀ, ਆਹ ਮੁੰਡਾ ਗੁੱਦਰਾਂ ਦਾ ਗੱਲ ਟਿਕਾਣੇ
तो आपको भाई साजी सकरपुर और बुलेट की रेड कैसी लगी नीचे कमेंट बॉक्स में ज़रूर बताएं। और भाई इस टूर्नामेंट के अंदर किस खिलाड़ी का गेम बढ़िया लगे वो भी ज़रूर बताएं। वीडियो अच्छी लगी लाइक कर दो और चैनल को सब्सक्राइब कर लें।